डेढ़ दो महीने का किन्ने का सेल करना सत हज़ार का घट नहीं कर दे मर्जी कर लेंगे नक्का ना बट कहते कर लेंगे कोई गल नहीं हाँ जी सारा माल अपने पूरा फुल योगदान ठीक है भीरे वधिया करो वधिया अपने नेड़े मंडी लगन लगी है ना बहुत वड्डा सुख है जी इसदा कोल ही है कि पाछे ਦੇ ਵਾਸਤੇ 600 ਆ ਗਿਆ ਉੱਤੇ ਵਿਚਾਰੇ ਨਾ ਬੋਲ ਬਈ ਬੋਲ ਵਿਚਾਰੇ ਨਾ ਬੋਲ ਸੌਦਾ ਤਾਂ ਚੱਲਦਾ ਹੈ ਬੰਦੂ ਦਾ ਹੱਟ ਗਿਆ ਪਿੱਛੇ ਹਟ ਗਿਆ ਸਜਣੋ ਆਪਾਂ ਖੜੇ ਅੱਜ ਢਾਲੀਵਾਲ ਬੱਕਰਾ ਮੰਡੀ ਦੇ ਅੰਦਰ ਹਨਾ ਬੱਕਰਾ ਮੰਡੀ ਕਿੱਥੇ ਲੱਗਦੀ ਹੈ ਦੱਸਾਂ ਮੈਂ ਤੁਹਾਨੂੰ ਬਰਨਾਲਾ ਬਾਜਾਖਾਨਾ ਰੋਡ ਦੇ ਉੱਤੇ ਟੋਲ ਪਲਾਜ਼ਾ ਲੱਗਿਆ ਹੈ ਬਾਈ ਬਿਲਕੁਲ ਨਾਲ ਹੈ ਟੋਲ ਪਲਾਜ਼ੇ ਦੇ ਰੋਡ ਦੇ ਉੱਤੇ ਬਿਲਕੁਲ ਕਿਨਾਰੀ ਦੇ ਨਾਲ ਮੇਨ ਰੋਡ ਜਿਹੜਾ ਹਾਈਵੇ ਆ ਉੱਥੇ ਮੰਡੀ ਲੱਗਦੀ ਹੈ ਦਿਨ ਹੈਗਾ ਸ਼ੁੱਕਰਵਾਰ ਹਰ ਸ਼ੁੱਕਰਵਾਰ ਨੂੰ ਇਹ ਮੰਡੀ ਲੱਗਿਆ ਕਰੂ ਅੱਜ ਪਹਿਲਾ ਦਿਨ ਹੈ ਇੱਥੇ ਵੀਰ ਬੈਠੇ ਨੇ ਪਰਚੀ ਕੱਢਦੇ ਨੇ ਬਾਈ ਇਹਦੇ ਨਾਲ ਆਪਾਂ ਗੱਲ ਕਰਦੇ ਹਾਂ ਹਾਂਜੀ ਵੀਰੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਕਿਵੇਂ ਰਿਸਪੌਂਸ ਮਿਲ ਰਿਹਾ ਪਹਿਲਾ ਦਿਨਾਂ ਬੱਕਰੇ ਮੰਡੀ ਦਾ ਵਧੀਆ ਲੱਗ ਰਿਹਾ ਮਨ ਖੁਸ਼ ਹੋ ਰਿਹਾ ਐਂ ਜਾਂ ਤਾਂ ਲੱਗਦਾ ਵੀ ਯਾਰ ਪੰਗਾ ਲੈ ਲਿਆ ਨਹੀਂ ਨਹੀਂ ਐਂ ਜੀ ਨਹੀਂ ਲੱਗਦਾ ਚਲੋ ਵਧੀਆ ਗੱਲ ਹੈ ਮਤਲਬ ਬਹੁਤ ਸਾਰੇ ਲੋਕਾਂ ਨੂੰ ਅੱਜ ਰੁਜ਼ਗਾਰ ਮਿਲ ਰਿਹਾ ਹੈ ਠੀਕ ਹੈ ਵਧੀਆ ਹੁੰਗਾਰਾ ਦੇ ਰਹੇ ਹਨਾ ਠੀਕ ਆ ਜੀ ਮੈਂ ਤੁਹਾਨੂੰ ਦਿਖਾਉਣਾ ਇਹ ਵੀਰ ਵੀਰ ਆਪਣਾ ਨਾਮ ਕੀ ਆ ਮਨਜੀਤ ਸਿੰਘ ਬਾਈ ਤੇ ਮੋਬਾਈਲ ਨੰਬਰ ਦੱਸ ਦਿਓ 6391 9336 ਹਾਂਜੀ ਕਿਸੇ ਨੇ ਮੰਡੀ ਬਾਰੇ ਜਾਣਕਾਰੀ ਲੈਣੀ ਹੈ ਵੀਰ ਨਾਲ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਕੋਈ ਮਾਲ ਪਸ਼ੂ ਲੈ ਕੇ ਆਉਣਾ ਕੋਈ ਹੋਰ ਜਾਣਕਾਰੀ ਲੈਣੀ ਹੈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਆ ਜੀ ਮੈਂ ਹੁਣ ਤੁਹਾਨੂੰ ਮੰਡੀ ਦਾ ਚੱਕਰ ਲਾ ਕੇ ਦਿਖਾਉਣਾ ਤੇ ਸਾਰਾ ਏਰੀਆ ਘੁੰਮ ਕੇ ਦਿਖਾਉਣਾ ਬਹੁਤ ਵਧੀਆ ਦੀ ਜਗ੍ਹਾ ਬਣੀ ਹੋਈ ਹੈਗੀ ਆਓ ਚੱਲਦੇ ਹਾਂ ਮੰਡੀ ਦੇ ਵਿੱਚ ਠੀਕ ਆ ਜੀ ਆਹ ਦੇਖੋ ਇਧਰਲੀ ਸਾਈਡ ਤੋਂ ਮੈਂ ਸ਼ੁਰੂ ਕਰਦਾ ਪੂਰਾ ਘੁਮਾ ਦੇਣਾ ਏਰੀਆ ਤੁਹਾਨੂੰ ਦੇਖੋ ਇਹ ਵਿਚਾਲੇ ਲਾ ਰੱਖੇ ਨੇ ਮੋਟਰਸਾਈਕਲ ਇਹਨਾਂ ਨੇ ਆਹ ਦੇਖੋ ਥੋੜ੍ਹਾ ਸਾਹਮਣੇ ਸੂਰਜ ਪੈ ਰਿਹਾ ਇਹ ਆਹ ਦੇਖੋ ਬੱਕਰੀਆਂ ਕੁੱਤੇ ਵੀ ਲੈ ਕੇ ਆਏ ਨੇ ਵੀਰ ਆਹ ਖੜੀਆਂ ਬੱਕਰੀਆਂ ਇੱਧਰ ਦਿਖਾਉਣਾ ਮੈਂ ਤੁਹਾਨੂੰ ਕੁੱਤੇ ਲੈ ਕੇ ਆਏ ਨੇ ਕੁੱਤਾ ਬੈਠਾ ਇਹ ਵੀ ਸੇਲ ਵਾਸਤੇ ਹੈ ਜਰਮਨ ਸ਼ੈਫਰਡ ਦਾ ਆਹ ਵੀ ਬੱਕਰੀਆਂ ਕਿੱਥੋਂ ਆਏ ਵੀਰ ਢਿੱਲਵਾਂ ਤੋਂ ਕੀ ਲੈ ਕੇ ਆਏ ਆਪਾਂ ਕੁੱਤਾ ਲੈ ਕੇ ਕਿਹੜਾ ਜੀ ਪੈਚਰ ਜੀ ਆਹ ਲਿਆ ਇੱਧਰ ਲਿਆ ਅੱਛਾ ਹਾਂ ਆਹ ਵੀਰ ਮੰਡੀ ਤੇ ਪਹਿਲਾਂ ਦਾ ਨਾ ਅੱਜ ਮੰਡੀ ਦਾ ਹਨਾ ਕਿਵੇਂ ਲੱਗ ਰਿਹਾ ਵਧੀਆ ਜੀ ਜਿਹੜਾ ਜਾਨਵਰ ਲੈ ਕੇ ਆਏ ਹੋ ਕਿਹੜਾ ਇਹ ਕੈਚਰ ਜੀ ਕਲਚਰ ਦਾ ਮੇਲ ਫੀਮੇਲ ਕੀ ਆ ਇਹ ਮੇਲ ਹੈ ਕਿੰਨੇ ਚਿਰ ਦਾ ਬਾਈ ਡੇਢ ਦੋ ਮਹੀਨੇ ਦਾ ਕਿੰਨੇ ਦਾ ਸੇਲ ਕਰਨਾ ਸੱਤ ਹਜ਼ਾਰ ਦਾ ਘੱਟ ਨਹੀਂ ਕਰਦੇ ਮਰਜ਼ੀ ਕਰ ਲਾਂਗੇ ਓਏ ਨੱਕਾ ਨਾ ਵੱਢ ਕਦੇ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਚੱਕਦੇ ਫੱਟੇ ਲੈ ਕੇ ਆਇਆ ਕਰੋ ਬਾਈ ਮੰਡੀ ਬਹੁਤ ਭਰਿਆ ਕਰੂਗੀ ਇਹ ਠੀਕ ਹੈ ਅੱਜ ਇੱਕ ਲੈ ਕੇ ਆਇਆ ਧਨੌਲੇ ਵੀ ਆਉਂਦੇ ਹੋ ਮਿਲਿਆ ਕਰੋ ਧਨੌਲੇ ਵੀ ਅਸੀਂ ਆਉਂਦੇ ਠੀਕ ਹੈ ਕੋਈ ਗੱਲ ਨਹੀਂ ਅਗਲੇ ਵਾਰੀ ਮਿਲਾਂਗੇ ਦੇਖੋ ਬਾਈ ਨੇ ਰੌਣਕ ਲਾ ਰੱਖੇ ਨੇ ਇੱਥੇ ਪਹਿਲਾ ਦੇ ਨਾ ਬੱਕਰਾ ਮੰਡੀ ਦਾ ਜਿਵੇਂ ਨਾ ਅੱਜ ਇਹ ਮੈਂ ਤੁਹਾਨੂੰ ਦਿਖਾਉਣਾ ਦੇ ਪੂਰਾ ਰੰਗਲ ਮੰਗਲ ਹੈ ਇੱਥੇ ਪੂਰਾ ਐਨ ਵਧੀਆ ਕੱਠਲ ਬਣਿਆ ਹੋਇਆ ਆ ਦੇਖੋ ਅੱਜ ਦੀ ਮੰਡੀ ਦੇ ਵਿੱਚ ਪਹਿਲਾ ਦਿਨ ਆ ਵੀਰ ਖੜਿਆ ਇੱਕ ਕਾਲਾ ਜਿਹਾ ਡੌਗ ਲਈ ਇਹਦੇ ਨਾਲ ਗੱਲਬਾਤ ਕਰਦੇ ਹਾਂ ਕਿੱਥੋਂ ਆਏ ਨੇ ਆ ਵੀਰੇ ਕੀ ਹਾਲ ਹੈ ਵਧੀਆ ਜੀ ਆ ਕਿਵੇਂ ਲੱਗ ਰਿਹਾ ਪਹਿਲਾ ਦਿਨ ਮੰਡੀ ਦਾ ਵਧੀਆ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਇਹਦੀ ਮੰਡੀ ਆ ਜੀ ਕਿੰਨੀ ਕੁ ਭਰਿਆ ਕਰੂਗੀ ਅੰਦਾਜ਼ਾ ਬਹੁਤ ਇਕੱਠ ਹੋ ਜਾਗਾ ਵਧੀਆ ਇਕੱਠ ਹੋਇਆ ਕਰੂਗਾ ਪੂਰਾ ਹੁੰਗਾਰਾ ਦੇ ਰਹੇ ਹੋ ਠੀਕ ਆ ਤੇ ਆ ਜਿਹੜਾ ਜਾਨਵਰ ਲੈ ਕੇ ਆਏ ਆਪਾਂ ਕਿਹੜੀ ਬਰੀਡ ਦਾ ਇਹ ਕਲਚਰ ਹੈ ਜੀ ਕਲਚਰ ਹੈ ਮੇਲ ਫੀਮੇਲ ਕੀ ਹੈ ਫੀਮੇਲ ਹੈ ਜੀ ਫੀਮੇਲ ਹੈ ਕਿੰਨੇ ਦੀ ਸੇਲ ਕਰਨੀ ਹੈ 7000 ਦੀ ਦੇ ਦਾਂਗੇ ਠੀਕ ਹੈ ਮੋਬਾਈਲ ਨੰਬਰ ਬੋਲੋ 9877863009 ਠੀਕ ਆ ਜੀ ਚੱਲਦੇ ਅੱਗੇ ਆਪਾਂ ਦਿਖਾਉਣਾ ਤੁਹਾਨੂੰ ਹੋਰ ਕਿਸੇ ਵੀਰ ਨੂੰ ਜ਼ਰੂਰਤ ਆ ਤੁਸੀਂ ਇਹ ਪਰਚੇਜ ਕਰ ਸਕਦੇ ਹੋ ਕਲਚਰ ਆ ਬਲੈਕ ਕਲਰ ਦੀ ਠੀਕ ਆ ਜੀ ਧੰਨਵਾਦ ਵੀਰੇ ਆਹ ਦੇਖੋ ਇੱਧਰ ਰੌਣਕਾਂ ਲੱਗੀਆਂ ਨੇ ਅਸਲ ਮੰਡੀ ਇੱਥੋਂ ਭਰਦੀ ਆ ਆਪਣੀ ਇੱਧਰੋਂ ਆਹ ਦੇਖੋ ਇੱਧਰ ਪੂਰੀਆਂ ਰੌਣਕਾਂ ਲੱਗੀਆਂ ਨੇ ਇੱਧਰ ਮਾਲ ਆਇਆ ਜਿਹੜਾ ਆਹ ਦੇਖੋ ਬਹੁਤ ਵੀਰ ਆਏ ਹੋਏ ਨੇ ਇੱਥੇ
अपने पशु लेके देखो वीर जी कितों आए आप ठीक है पशु लेके आए आप किन्ने पशु लेंदे आ अपने नाग ये कि नाग है सारे एक ही नाग आले दुआले सारे इन्होंने जानवर इधर करा खड़े पहला दिन अज मंडी का पूरा मतलब रंग लगे होया कि लगता भाई मंडी का वधिया हुंगारा मिल रहा वधिया गलबात है तो आपां नूं किन्ने नेड़े पैंदी है डट के खड़ा गे ताई गलबात बनू है ना आज 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 हाँ जी ठीक है भीरे वधिया करो वधिया अपने नेड़े मंडी लगन लगी है ना बहुत वड्डा सुख है ठीक है ते ओ बाइक ना बहुत प्यारा प्यारा डॉग ले बैठा बच्चा एक लाई भीरे इधर आ लिया करा भज के भज के आ जा आ जा आ जा आ जा बाइक वाह बाई आ देखो किन्ना सोहना प्यारा अज ये बाई लेके आया धालीवाल बकरा मंडी के उत्ते जिहड़ी टोल प्लाजे के बिल्कुल नेड़े आ बरनाला बाजा खाना रोड के उत्ते की हाल है वीर सत्या कितों आए वीरे भाई रूपा पिंड आई भाई रूपा बाई मंडी किवें लग रही अज पहला दिन है जिवें वधिया हुंगारा मिल रहा अपने मन के है कुछ भी वधिया वधिया रिस्पोंस मिलेगा अगे तो किवें लगता भी होर वध भरन दी ठीक है जी देखो जी ए भाई केड़ी नसल दा बच्चा ये पपीरी है ना ये अपने घर दे स्टार्ट आई अपने कोले चार अच्छा स्टार्ट दा बच्चा हां जी किन्ने चिर दा है ए महीने दा ही सही मेल भी मेल की है ए मेल है जी मेल है की प्राइस रखी है दी एदा 4500 रुपया 4500 रुपया थोड़ा मोटा डिस्काउंट होगा मोबाइल नंबर बोलो करा 9019 34501 दोबारे और बोल दे 9419 34501 लो जी करो भाई दा नंबर नोट है प्यारा जिहा पप्पी तुसीं खरीद सकदे हो ठीक है वीरे धन्नवाद पहुंचा करो हर मंडी दे आ जाओ जी होर दिखाने भाई बहुत पहुँचे हुए अज माल लेके इधर देखो ये बहुत चिर दियाँ सलाह चल रही ने बाई दियाँ आ बकरी देखो डब खड़बी इधर बहुत सारा माल पहुँचे हुआ हाँ देखो मतलब अज पूरा रश बजे हुआ मंडी के जिमें पहला दिन लग नहीं रहा भी पहला दिन मकरा मंडी का कितों आए भीर आप जगजीतपुरे तो जी जगजीतपुरे तो किन्ने पशु लेके आए आप पशु होने अपने को 40 आप अपने माल सारा अपने ही है ठीक है किवें लग रहा भाई अज पहला दिन मंडी का बहुत वधिया जी किवें हुंगारा मिलेगा वधिया आपां नूं हां बहुत बहुत पूरा जी ठीक है अगे तो होर माल बदन की आस हैगी हाँ हाँ जी हाँ हाँ जी तो पता नहीं लगे जी बच्चे ठीक है जी हूँ ज्यों ज्यों ऐड होंगी रहूगी ना तो बधी जाना चलो भीरे बद बद सपोर्ट करो बाइयों है ना ठीक है जी दिखा होर दिखाने माल तो मैं देखो बहुत वीर दूरों दूरों आए हुए हैं आप गलां बातें नाल करते रहेंगे हाँ देखो इधर पुराने बाबे बैठे ने बकरियों वाले हाँ जी कितों आए आप जोधपुर चीमा किन्ने पशु लेंदे आ 25-30 किवें अज आ मंडी का किवें लग रहा थोड़े लवे लगन लग गई चौ चढ़िया हुआ पूरा वाह जी सपोर्ट कर रहे हो मंडी पूरी दो बाइयों का साथ है ना पूरा इधर मैनू लगता बाइया ने चाह धर ली है ना इधर चाह पियोंगे बाई हुए वाह जी वाह चक दो फटे देखो चुल्हा बना लिया इन्होंने क्या बातें ने मैं तुम चुल्हा भी दिखाऊना हुण इन्हां कोले कड़ा गैस सिलेंडर हुंदा भी उत्थे झक के धर लैणगे भाई आ देखो इन्होंने धरती पट्टी है लाते डके बिच पतीली च पानी पाया पिया सारी गलबात तुहाडे सामणे आ देखो पूरा रौनक मेला लग्गिया होया ठीक है जी धन्नवाद पहुंचिया करो वध तों वध आ जाओ जी इधर देखो कितों आए पुतोए चीमे तो किन्ने पशु लिया 30 पशु है वाह जी वाह
ਕਿਵੇਂ ਲੱਗ ਰਿਹਾ ਮੰਡੀ ਬਾਰੇ? ਆਈ ਇੱਧਰ ਮਾੜਾ ਜਿਹਾ ਵਧੀਆ, ਚੌਲ ਚੜਿਆ ਹੋਇਆ ਪੂਰਾ ਵਧੀਆ ਬਾਈ, ਨੇੜੇ ਲੱਗਣ ਲੱਗ ਗਈ ਤੁਹਾਡੇ? ਪਹਿਲੀ ਵਾਰੀ ਮੰਡੀ ਲੱਗੀ ਆ? ਪਹਿਲੀ ਵਾਰੀ ਮੰਡੀ ਲੱਗੀ ਆ ਬਾਈ, ਬਹੁਤ ਭਰੀ ਹੈਗੀ। ਠੀਕ ਹੈ, ਪੂਰੀ ਸਪੋਰਟ ਕਰਿਆ ਕਰੋਗੇ ਦੱਬ ਕੇ? ਬਹੁਤ ਵਧੀਆ ਗੱਲਬਾਤ ਹੈ, ਚੰਗੀ ਗੱਲ ਆ। ਦੇਖੋ ਬਸ ਇਹ ਬਾਈਆਂ ਦੇ ਪਸ਼ੂ ਨੇ, ਹੈ ਨਾ। ਹੋਰ ਵੀ ਤੁਹਾਨੂੰ ਮੈਂ ਦਿਖਾਉਣਾ ਅੱਗੇ ਚੱਲਦੇ ਹਾਂ। ਆਹ ਬੈਠੀਆਂ ਇੱਧਰ ਬੱਕਰੀਆਂ, ਇਹ ਬਾਈ ਜੋਧਪੁਰ ਚੀਮਾ ਤੋਂ ਆਏ ਨੇ। ਚੱਲਦੇ ਹਾਂ ਅੱਗੇ। ਬੱਕਰਾ ਕਿਹਨਾਂ ਦਾ ਵੀਰ? ਆਪਣਾ? ਆਪਣੀ ਆ ਗਿਆ, ਮੈਂ ਤੁਹਾਡੇ ਕੋਲ ਆਉਣਾ। ਲੈ ਪਹਿਲਾਂ ਬੱਕਰਾ ਦੇਖੋ ਬਾਈ, ਫਿਰ ਉੱਧਰ ਲਾਣੇਦਾਰ ਬੈਠਾ ਗੱਲ ਕਰਦੇ ਉਹਦੇ ਨਾਲ, ਇਹਦੇ ਬਾਰੇ ਜਾਣਕਾਰੀ ਲਵਾਂਗੇ। ਇਹ ਬਿਲਕੁਲ ਦਰੱਖਤਾਂ ਦੀ ਛਾਂ, ਇੱਥੇ ਬਹੁਤ ਨਜ਼ਾਰਾ ਪਸ਼ੂਆਂ ਦਾ, ਹੈ ਨਾ। ਮੈਨੂੰ ਲੱਗਦਾ ਪਹਿਲੀ ਮੰਡੀ ਹੋਊਗੀ ਜਿਹੜੀ ਐਂ ਦਰੱਖਤਾਂ ਦੇ ਵਿੱਚ ਹੋਊਗੀ, ਹੈ ਨਾ ਜੀ? ਪਹਿਲੀ ਮੰਡੀ ਆ। ਹਾਂਜੀ ਬਾਬਾ ਜੀ, ਕੀ ਹਾਲ ਚਾਲ ਹੈ? ਠੀਕ ਹੈ ਵਧੀਆ। ਕਿੱਥੋਂ ਆਏ ਆਪਾਂ? ਪਿੰਡ ਪੱਖੋਕੇ। ਪਿੰਡ ਪੱਖੋਕੇ, ਕੰਮ ਕਾਰ ਕਿਵੇਂ ਚੱਲ ਰਿਹਾ? ਵਧੀਆ 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 ਚੱਲ ਰਿਹਾ। ਕਿੰਨੇ ਪਸ਼ੂ ਲੈ ਕੇ ਆਏ ਆਪਾਂ? ਦੋ ਬੱਕਰੇ ਲੈ ਗਏ। ਇਹ ਬੱਕਰਾ ਜਿਹੜਾ ਕਾਲਾ ਹੈ, ਰੰਗ ਦਾ ਬੱਕਰਾ ਹੈ, ਕਿੰਨੇ ਚਿਰ ਦਾ ਇਹ? ਸਾਢੇ ਪੰਜ ਛੇ ਮਹੀਨੇ ਦਾ। ਕੀ ਮੁੱਲ ਵਾੜੀ ਕਰੀ ਇਹਦੀ? ਮੁੱਲ ਤਾਂ ਜੋੜੇ ਦਾ 35 ਕਰਿਆ, ਇਹਦਾ ਇਕੱਲੇ ਦਾ 17। ਦੂਜਾ ਕਿੱਥੇ ਹੈ? ਉਹ ਚਿੱਟਾ ਖੜਾ ਪਰੇ। ਹੁਣ ਮੈਂ ਤੁਹਾਨੂੰ ਦੁਬਾਰੇ ਦਿਖਾਉਣਾ। ਆਹ ਦੇਖੋ ਬਈ, ਇਹਦਾ 35,000 ਮੰਗ ਰਿਹਾ ਲਾਣੇਦਾਰ, ਕਹਿੰਦਾ ਜੋੜਾ ਹੀ ਦੇਣਾ। ਇਹ ਕਾਲਾ ਰੰਗ ਤੁਸੀਂ ਦੇਖੋ ਪਹਿਲਾਂ ਤਾਂ, ਫਿਰ ਮੈਂ ਦੁਬਾਰੇ ਗੱਲ ਕਰੂੰਗਾ। ਇਹ ਕਾਲੇ ਰੰਗ ਦਾ ਆ ਗਿਆ, ਜੈੱਡ ਬਲੈਕ ਆ ਪੂਰਾ। ਇਹ ਆਹ ਡੱਬਾ ਖੜਿਆ ਇੱਧਰ ਕਾਲਾ ਚਿੱਟਾ, 35,000 ਜੋੜੇ ਦਾ ਮੰਗ ਰਿਹਾ ਲਾਣੇਦਾਰ। ਇੱਧਰ ਰਾਜੂ ਹੋਰੀ ਸੌਦਾ ਕਰਾ ਰਹੇ ਨੇ। ਇੱਧਰ ਰਾਜੂ ਜੀ ਅੱਜ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ, ਇੱਧਰੋਂ ਇਹਨਾਂ ਨੇ ਰੌਣਕ ਲਾਈ ਹੋਈ ਕਰੀ ਅੱਗੇ ਵੱਲ। ਸੋਹਣੀ ਹੈ, ਸੋਹਣਾ ਇੱਥੇ ਸਾਰੀ ਉਮਰ ਨਹੀਂ ਚਾਹੁੰਦਾ ਆਪਾਂ ਨੂੰ ਕੁਛ, ਕਿਉਂ ਬਈ? ਸਹੀ ਗੱਲ ਹੈ। ਇਹਦਾ ਸੌਦਾ ਹੋ ਰਿਹਾ ਜੀ ਰਾਜੂ ਜੀ? ਹਾਂਜੀ ਹਾਂ, ਸੌਦਾ ਹੋ ਰਿਹਾ। ਆ ਵੀਰ ਇੱਧਰ ਬੱਕਰੀ ਖਰੀਦ ਰਹੇ ਨੇ। ਮਾੜੀ ਨੀ ਹੈਗੀ ਮੇਵਨੀ, ਘਰੇ ਰੱਖਣ ਵਾਲੀ ਹੈ। ਬਾਲੀ ਵੱਡੀ ਨੂੰ ਕਿਹੜਾ ਆਪਾਂ ਜੁੱਲੇ ਲੱਦਣੇ ਨੇ ਉੱਤੇ? ਬੱਕਰੀ ਦਾ ਦਰਮਿਆਨੇ ਜੇ ਕੱਦ ਦੀ ਉਹ ਠੀਕ ਰਹਿੰਦੀ ਹੈ, ਕਿਉਂ ਜੀ? ਰੇਟ ਦਾ ਪੁੱਛ। ਕੀ ਮੰਗਦੇ ਬਾਈ? ਉਹ ਕਿੱਧਰ ਗਿਆ ਇਹਦਾ ਮਾਲਕ? ਆ ਜਾਓ ਇੱਧਰ, ਉਹ ਨੇੜੇ ਆਈ ਕਿਰਾ ਭੱਜ ਕੇ ਆ ਜਾ। ਮਾੜਾ ਖੋਲ, ਵੀਡੀਓ ਚੱਲੀ ਜਾਂਦੀ ਆ। ਖਾੜਾ ਖੋਲਾ ਕਰਿਓ ਬਾਈ ਮਾੜਾ ਜਾ। ਮੰਗੀ ਤਾਂ ਭਾਵੇਂ 50 ਜਾਓ, ਸਾਹਮਣੇ ਤਾਂ ਜਾਓ। ਕੀ ਰੇਟ ਆ? 25,000 ਰੁਪਇਆ। ਕਿੰਨਾ ਮੰਗ ਰਿਹਾ ਬਾਈ? 25,000 ਰੁਪਇਆ। ਹਾਂਜੀ ਕਰੋ ਗੱਲ। ਬਿਲਕੁਲ ਜੀ, ਉਹ ਤਾਂ 50 ਵੀ ਮੰਗਣਗੇ ਬਾਈ। ਸਲਾਹ ਕਰਿਓ, ਪੱਠ ਚ ਕੋਈ ਤਥਾ ਨਹੀਂ। ਸੋਹਣੀ ਹੈ, ਵਧੀਆ ਸਨੱਖੀ ਬਹੁਤ ਹੈ। ਕਰੋ ਗੱਲ ਕਰੋ। ਲਓ ਜੀ ਸੌਦੀ ਦੀ ਰਹਿ ਹੋ ਰਹੀ ਹੈ, ਜਦ ਤੱਕ ਆਪਾਂ ਲਾਉਂਦੇ ਹਾਂ ਰਾਊਂਡ। ਆਹ ਦੇਖੋ ਘੁੰਮ ਕੇ ਦਿਖਾਉਣਾ ਤੁਹਾਨੂੰ ਸਾਰਾ ਮੇਲਾ। ਧਾਲੀਵਾਲ ਬੱਕਰਾ ਮੰਡੀ 'ਤੇ ਆਪਾਂ ਪਹੁੰਚੇ ਹੋਏ ਅੱਜ। ਇੱਧਰ ਪੂਰਾ ਅੱਜ ਇਕੱਠ ਬੰਨਿਆ ਹੋਇਆ। ਆਹ ਦੇਖੋ ਇੱਧਰ ਸੌਦੇ ਦੀ ਗੱਲਬਾਤ ਚੱਲ ਰਹੀ ਹੈਗੀ। ਆਹ ਦੇਖੋ ਹੋਰ ਦਿਖਾਉਣਾ ਮੈਂ ਤੁਹਾਨੂੰ, ਆ ਜਾਓ ਇੱਧਰ। ਆਪਣਾ ਮੋਬਾਈਲ ਨੰਬਰ ਕਿੰਨਾ ਜੀ? ਯਾਦ ਹੈ? ਚਲੋ ਪਤਾ ਦੱਸ ਦਿਓ ਕਿੱਥੇ ਦਾ, ਪਤਾ ਕਿੱਥੇ ਦਾ, ਕਿਹੜਾ ਪਿੰਡ ਹੈ? ਜ਼ਿਲ੍ਹਾ ਬਰਨਾਲਾ। ਲਓ ਜੀ ਲੱਭ ਸਕਦੇ ਹੋ ਤਾਂ ਬਾਬੇ ਨੂੰ ਲੱਭ ਲਿਓ। ਆਹ ਦੋ ਬੱਕਰੇ 35,000 ਦੇ ਵਿਕਾਊ ਨੇ, ਮੋਬਾਈਲ ਨੰਬਰ ਇਹਨਾਂ ਕੋਲ ਹੈ ਨਹੀਂ। ਠੀਕ ਆ, ਮੈਂ ਤਾਂ ਜਿਵੇਂ ਗੱਲ ਬਣ ਗਈ ਉਵੇਂ ਕਰਤੀ, ਮੈਂ ਸਾਰੇ ਨਹੀਂ ਬਣਾਉਂਦੇ। ਆ ਜਾ ਬੱਕਰੀਆਂ 'ਚ ਖੜ ਜਾ ਬਾਈ, ਅਸੀਂ ਵੀਡੀਓ ਬਣਾਉਣ ਵਾਸਤੇ ਆਏ ਹਾਂ। ਆਹ ਲਓ ਜੀ ਇੱਧਰ ਖੜਿਆ ਬਾਈ, ਇਕੱਲੇ ਦੀ ਬਣਾ ਦਾਂਗੇ ਆਪਾਂ, ਕੋਈ ਗੱਲ ਨਹੀਂ। ਆ ਦੇਖੋ
पूरा रस बजा होया जोरे पूरे कद दियां बकरियां ने आ देखो मैं वीर नाल करदा गलबात तुसीं देखो बकरियां बहुत अज बाई लै के आए ने कित्थों लै के आए ने आपां सारी गलबात करदे आ आ देखो इधर वीर खड़े आ जा सामने जा जा हाँ जी किवें पतोए कित्थों आएंगे जोधपुर चीमा किन्ने पशु लेके आएंगे आ जा फिर अगे पशुओं ची खड़ जा आ जाओ कोई गल नहीं कट्ठे होके खड़ जाओ इत्थे जा जाओ फिर पता लग जाए पशु है ने 25 पशु लेके आएंगे बकाऊ किन्ने पशु ने हाँ चेक करो ठीक है चलो किसी ने गलबात करनी होंगी है ना तुहाडे नाल ते कोई बकरी पसंद करनी होंगी देखो पूरे कद ने बकरियां किन्ने कद हो बकरियां 37 की होगी बड़ा सैड तो हाँ देखो बहुत वधिया बकरियां पहुंचे ने अज धालीवाल बकरा मंडी ते बरनाला बाजा खाना रोड नेड़े टोल प्लाजे ते बिल्कुल असी नाल खड़े हां बई कन दे कोले टोल प्लाजा जमा बई थोड़ा मोबाइल नंबर दिओ मोबाइल नंबर हैगा जी 7878 हाँ जी 4485 एक बार होर दस दो 7878 4485 नाम की है थोड़ा नाम मेरा हसन लो जी हसन नाल तुसी गल कर सकते हो आ देखो बकरियां इन्हां दी बहुत वधिया ने सारिया बकरियां मैं तुहानूं दिखा रहा अज पूरी रौनक बजी हुई है धालीवाल बकरा मंडी के उत्ते लो जी ठीक है भीरे धन्यवाद तेरा लो जी वो तो वह पहुंचा करो इधर दिखाओ थोड़ा मैं होर दिखा ये आ धालीवाल बकरा मंडी बरनाला बाजा खाना रोड नेड़े टोल प्लाजा आ लो जी बहुत माल आ रहा जोरे को देखो पूरी रौनक लगी है ले कर दे गल बात इत्थे खड़ भी एक मिनट किवें मल की हाल चाल है कित्थों आए आप किन्ने पशु लेके आए सुखपुरा केड़े जिले च है अच्छा लवी है बरनाले च ही है माल पशु बिकाऊ भी है तेरे को किन्ने नग ने 45 अच्छा गब्बन ते सुइयां होईयां किन्नियां तेरे कोल 5-6 सुइयां होईयां बाकी गब्बन ही ठीक है किसे नूं जरूरत हुंदी मोबाइल नंबर हैगा मोबाइल नंबर नहीं हैगा जी चलो सुखपुरा नाम की है बई तेरा मेरा नाम काका जी लै भी काके ने मिल सकदे सुखपुरे तुहानूं मैं बकरियां दिखाउणा काके दियां ऐन सिरे दियां बकरियां लै के आया बई हुणे पहुंचे हाले मंडी दे विच वधिया कद वालियां बकरियां ने आ देखो ब्रीडर कड्डी बारे ब्रीडर दिखाउणा तुहानूं मैं बहुत बढ़िया स्ट्रक्चर दा है एक करदा या भाई ओए करदा ही करदा बच्चा हां लो आ देखो इधरों लिया आ देखो ये काके दा माल है भाई आ देखो सुखपुरे वाले काके दा माल है अज पहुंचया ये धालीवाल बकरा मंडी दे उत्ते देखो तुसी क्या बात है बहुत प्यारियां बकरियां इहदे कोले होर भी दिखाउणा मैं तुहानूं फिर तुर के लो जी अगे चलते भाजो इधर भी कट्ठ वजिया होया शायद कोई गलबात चल रही है वह भी मैं थोड़ा दिखा सारी देखी कोई साइड से कोई गल नहीं ये तो सारा दिन अभी फिर बजती रहने बिच भाई हाँ लो जी बकरियां देखो तुसी वधिया करदियां ने ਕਾਲੀ ਮੰਗਲ ਨੂੰ ਖੜਦਾ ਹੈ ਹਰ ਗੱਲ ਤਾਂ
ਚਾਰਿਆਂ ਦੇ ਕੋਈ ਨੀ ਧਰਿਆ ਪੂਰਾ ਰਸ ਬਣਿਆ ਗਿਆ ਪਹਿਲਾ ਦਿਨ ਆ ਬੱਕਰਾ ਮੰਡੀ ਦਾ ਇਹ ਪਹੁੰਚਿਆ ਕਰੋ ਬਾਈ ਆਪਣਾ ਮਾਲ ਪਸ਼ੂ ਲੈ ਕੇ ਵੱਧ ਤੋਂ ਵੱਧ ਇਸ ਮੰਡੀ ਦੇ ਉੱਤੇ ਟੋਲ ਪਲਾਜ਼ੇ ਦੇ ਬਿਲਕੁਲ ਨਾਲ ਹੈ ਬਰਨਾਲਾ ਬਾਜਾ ਖਾਨਾ ਰੋਡ ਦੇ ਉੱਤੇ ਆਪਾਂ ਕਿੱਥੋਂ ਆਏ ਜੀ ਪਧੌੜ ਤੋਂ ਪਸ਼ੂ ਲੈ ਕੇ ਆਏਗੇ ਕਿੰਨੇ ਪਸ਼ੂ ਲਿਆਉਂਦੇ ਆ 14 ਨਗ ਨੇ ਸੇਲ ਵਾਸਤੇ ਲੈ ਕੇ ਆਏ ਹੋ ਠੀਕ ਹੈ ਕਿਹੜੇ ਨਗ ਆਪਣੇ ਆਹ ਵਾਲੇ ਆਓ ਮਾੜਾ ਇੱਧਰ ਨੂੰ ਇਹ ਬੱਕਰੇ ਆ ਸਾਰੇ ਬੱਕਰੇ ਨੇ ਬਾਕੀ ਸਾਰੇ ਬੱਕਰੇ ਨੇ ਇਹ ਆਹ ਬੱਕਰੀ ਦੀ ਗੱਲ ਕਰੀਏ ਚਿੱਟੇ ਦੀ ਇਹਦਾ ਕੀ ਮੁੱਲ ਹੈ ਲਓ ਜੀ ਇਹਦਾ 40,000 ਰੁਪਈਆ ਦੰਦਾਂ ਦਾ ਕਿਵੇਂ ਜੀ ਇਹ ਬਲੈਕ ਇਹਦਾ ਕੀ ਰੇਟ ਹੈ ਕਾਲੇ ਦਾ 45,000 ਰੁਪਈਆ ਕੱਦ ਕਿੰਨੇ ਦਾ ਮਿਣਿਆ ਕਰੋ ਫਿਰ ਹੀ ਪਤਾ ਲੱਗਦਾ ਆਹ ਦੇਖੋ ਆਹ ਡੱਬੇ ਦਾ ਕੀ ਰੇਟ ਹੈ ਜੀ ਇਹਦਾ 45,000 ਰੁਪਈਆ ਅਤੇ ਇੱਧਰ ਵੀ ਉਹ ਪਰਲੇ ਪਾਸੇ ਬੱਕਰੀ ਹੈਗੀ ਬੱਕਰਾ ਉਹਦਾ ਕੀ ਮੰਗਦੇ ਆ ਡੱਬੇ ਦਾ ਬਸ ਇੱਥੇ ਖੜ੍ਹਾ ਰਹਿਣ ਦਿਓ 25,000 ਰੁਪਈਆ ਮੋਬਾਈਲ ਨੰਬਰ ਹੈਗਾ ਤੁਹਾਡੇ ਕੋਲ ਮੋਬਾਈਲ ਨੰਬਰ ਬੋਲੋਗੇ ਉਹ ਵੀਰੇ ਮੋਬਾਈਲ ਨੰਬਰ ਬੋਲ 73,475,34,900 ਨਾਮ ਕੀ ਹੈ ਬਾਈ ਗੁਰੀ ਨੰਬਰ ਇੱਕ ਵਾਰੀ ਹੋਰ ਬੋਲਦੇ 73,475,34,900 ਲਓ ਜੀ ਇਹ ਬੱਕਰੇ ਬਕਾਊ ਨੇ ਵੀਰ ਕੋਲੇ ਰੇਟ ਵੀ ਤੁਹਾਨੂੰ ਦੱਸਤਾ ਕਿਸੇ ਨੂੰ ਜ਼ਰੂਰਤ ਹੈ ਪਿੰਡ ਕਿਹੜਾ ਬਾਈ ਪਧੌੜ ਵੀਰੇ ਪਧੌੜ ਤੋਂ ਆਏ ਨੇ ਬਾਈ ਇਹਨਾਂ ਨਾਲ ਕੰਟੈਕਟ ਕਰ ਸਕਦੇ ਤੁਸੀਂ ਗੱਲਬਾਤ ਕਰਕੇ ਇਹ ਬੱਕਰੇ ਤੁਸੀਂ ਖਰੀਦ ਸਕਦੇ ਹੋ ਲਓ ਜੀ ਧੰਨਵਾਦ ਜੀ ਇੱਧਰਲੇ ਪਾਸੇ ਹੋ ਰਿਹਾ ਸੌਦਾ ਉਹ ਵੀ ਦਿਖਾਉਣਾ ਤੁਹਾਨੂੰ ਮੈਂ ਦੇਖੀ ਵੀਰੇ ਕੋਈ ਗੱਲ ਨਹੀਂ ਮਾੜਾ ਸਾਈਡ ਤੇ ਇੱਧਰ ਹੀ ਸਾਈਡ ਨੂੰ ਹੋ ਜਾ ਕੋਈ ਗੱਲ ਨਹੀਂ ਨਾਲਾ ਤੂੰ ਯਾਰ 4 ਰੁਪਈਆ 11,000 ਮੰਗਦਾ ਕਿੰਨੇ ਲਾ ਰਹੇ ਹੋ 8,000 ਰੁਪਇਆ ਦੱਸ ਬਾਬਾ 8,000 ਰੁਪਇਆ ਬਾਬਾ ਰਾਜੂ ਦੇ ਪੇਸ਼ ਕਰੋ ਜੀ ਦੇਖ ਬਾਬਾ ਕੀ ਕਹਿੰਦਾ ਰਾਜੂ ਫੜ ਮਾਰੀ ਬਿੰਦ ਛੋਲੀ ਉਹਦੀ ਬਾਬਾ ਕਿੰਨੇ ਮੰਗੇ ਨੇ 11 ਮੰਗੇ ਨੇ ਗਿਆਰਾਂ ਹਜ਼ਾਰ ਰੁਪਇਆ ਕਿਹਾ 8 ਬਾਈ ਨੇ ਲਾਤਾ 11 ਮੰਗੇ ਨੇ 8 ਲਾਤਾ 8 ਲਾਇਆ ਚੱਲ ਚੱਲੂਗੀ ਹੁਣ ਉਹ ਬਾਈ ਕਹਿੰਦਾ 15
ਕੋਈ 8 ਦਾ ਦਾ ਦਿੱਤੋ ਲੈਂਦੇ ਵੀ ਨਹੀਂ ਤੱਕੇ ਨਾਲ ਲੈਂਦੇ ਨਹੀਂ ਤੱਕੇ ਨਾਲ ਬ੍ਰੇਡ ਦਾ ਸਟੋਰ ਕੀ ਕਰਨਾ 8.5 ਦਾ ਦੇਵੇਂਗਾ ਬਸ ਜ਼ਿਆਦਾ ਉਹਨੂੰ ਉਸ ਤੋਂ 9000 ਦਾ ਵੇਚੇਂਗਾ ਬਸ ਜ਼ਿਆਦਾ ਲੈ ਉਹਨੂੰ ਉਸ ਤੋਂ ਕੱਸ ਬਈ ਹੋਰ ਕਸਰ ਪਿੱਛੇ ਮੈਂ ਲੱਗਿਆ ਬਹੁਤੀਆਂ ਗੱਲਾਂ ਨਾ ਕਰ ਸਿਰੇ ਨੂੰ ਸਿਰਾ ਲਾ ਤਾ ਗੱਲ ਸੁਣ ਲੈ 10000 ਦੀ ਕਾਪੀ ਤੋਂ ਭਾਈ 200 ਕੱਟ 11 ਤੇ 25 ਨਹੀਂ ਫੇਰ ਰੱਖ ਤੇਰਾ ਆ ਚੱਲ ਹੁਣ ਆ ਹੋਰ ਆ ਜਾ ਹੁਣ ਲਾ ਓਏ ਆ ਜਾ ਹੁਣ ਲੈ ਲੈ ਓਏ ਆ ਜਾ ਹਾਂ ਆ ਸਾਇਆ ਕਰ ਤੇਰੀ ਸਹੀ ਹੈ ਹੋਰ ਆਜੂ ਮਿਲ ਵੇ ਚੱਲ ਦੇ ਵਧੀਆ ਮਿਲਦਾ ਉਹਨੇ ਕਹਾਂ ਰੋਟੀ ਕਮਾਉਣੀ ਹੈ ਓਏ ਉਹਨੇ ਕਹਾਂ ਬੇਚਣ ਯਾਰ ਹੋਰ ਫੜੇ ਮਾਰ ਉਹਨੂੰ ਸਿੰਦਰ ਬਾਬਾ ਹੌਲੀ ਆ 10000 ਜਵਾਨ ਚੋਂ ਨਿਕਲ ਕੇ ਲੈ ਲੈ ਨਹੀਂ ਨਹੀਂ ਜਾਣਾ ਜੀ ਜਿਹੜੀ ਤੈਨੂੰ ਗੱਲ ਕਹੀ ਉਹਦੀ 25 ਵੀ ਨਹੀਂ ਸਾਡਾ ਵੀ ਅੜ ਗਿਆ ਹੁਣ ਲਓ ਜੀ ਠੀਕ ਆ ਜੀ ਸੌਦਾ ਰਹਿ ਗਿਆ ਵਿਚਾਲੇ ਚੱਲਦੇ ਆਪਾਂ ਅੱਗੇ ਕਰਦੇ ਹਾਂ ਗੱਲਬਾਤ।